ਸਤਿ ਸ਼੍ਰੀ ਅਕਾਲ ਦੋਸਤੋ ਟੋਟ ਸੈਨ ਸਾਡੇ ਚੈਨਲ ਜੀਐਸ ਅਪਡੇਟਸ ਤੇ ਬਹੁਤ ਬਹੁਤ ਸਵਾਗਤ ਹੈ ਸੋ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਪਹਿਲਾਂ ਬਹੁਤ ਹੀ ਵੱਡੀ ਖਬਰ ਆ ਰਹੀ ਸੀ ਕਿ ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪ੍ਰੀਖਿਆਵਾਂ ਰੱਦ ਕਰ ਦਿੱਤਾ ਜਾਵੇ ਜਾਂ ਫਿਰ ਔਨਲਾਈਨ ਲਿਆ ਜਾਵੇ ਕਰੋਨਾ ਦੇ ਵੱਡੇ ਖਤਰੇ ਨੂੰ ਦੇਖਦੇ ਹੋਏ ਤੇ ਵਿਦਿਆਰਥੀਆਂ ਨੂੰ ਫੈਸਲੇ ਦਾ ਬੇਸ ਬਿਨਾਂ ਇੰਤਜ਼ਾਰ ਸੀ ਸੋ ਇੰਤਜ਼ਾਰ ਦੇ ਘੜੀ ਖਤਮ ਹੋ ਚੁੱਕੀ ਹਨ ਆਖਿਰਕਾਰ ਫੈਸਲਾ ਜੋ ਹੈ ਆ ਚੁੱਕਾ ਹੈ ਪ੍ਰੀਖਿਆਵਾਂ ਨੂੰ ਲੈ ਕੇ ਇਸ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੇਗੀ ਸੋ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਅਤੇ ਨਾਲ ਹੀ ਆਪਣੇ ਦੋਸਤਾਂ ਨੂੰ ਜ਼ਰੂਰ ਸ਼ੇਅਰ ਕਰ ਲੈਣਾ ਜੋ ਉਹਨਾਂ ਨੂੰ ਵੀ ਇਸ ਬਾਰੇ ਜਾਣਕਾਰੀ ਮਿਲ ਸਕੇ ਤੇ ਚੈਨਲ ਤੇ ਨਵੇਂ ਉਥੇ ਜੈਕ ਸਬਸਕ੍ਰਾਈਬ ਨਹੀਂ ਕੀਤਾ ਹੈ ਜ਼ਰੂਰ ਕਰ ਲਓ ਇਸ ਤਰ੍ਹਾਂ ਹੋਰ ਐਜੂਕੇਸ਼ਨਲ ਵੀਡੀਓਜ਼ ਲਈ ਤੇ ਟੈਲੀਗ੍ਰਾਮ ਚੈਨਲ ਨੂੰ ਵੀ ਜ਼ਰੂਰ ਜੁਆਇਨ ਕਰ ਲੈਣਾ ਜੀਐਸ ਅਪਡੇਟਸ ਸਮੂਹ ਟੈਲੀਗ੍ਰਾਮ ਦਾ ਚੈਨਲ ਹੈ ਸੋ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਔਨਲਾਈਨ ਐਗਜ਼ਾਮ ਕਰੋਨਾ ਦੇ ਕਹਿਰ ਚ ਹੋਣਗੇ 10ਵੀਂ ਤੇ 12ਵੀਂ ਦੀ ਪ੍ਰੀਖਿਆ 1 ਲੱਖ ਨਾ ਹੁਣ ਪ੍ਰੀਖਿਆਵਾਂ ਜਾਨੋ ਸੀਬੀਐਸਸੀ ਦਾ ਜਵਾਬ ਸਜਿੰਦ ਤੁਸੀਂ ਸਾਰੇ ਜਾਣਦੇ ਹੋ ਕਿ ਦੋ ਦਿਨਾਂ ਵਿੱਚ ਹੀ 1 ਲੱਖ ਤੋਂ ਵੱਧ ਵਿਦਿਆਰਥੀ ਇਸ ਮੁਹਿੰਮ ਨਾਲ ਜੁੜਗੇ ਸੀ ਕਿ ਪ੍ਰੀਖਿਆਵਾਂ ਨੂੰ ਰੱਦ ਕੀਤਾ ਜਾਵੇ ਜਾਂ ਫਿਰ ਪ੍ਰੀਖਿਆਵਾਂ ਆਨਲਾਈਨ ਲਈਆਂ ਜਾਣ ਸੋ ਇਜ਼ ਪਰਸੀਵਿਅਸ ਦਾ ਜਵਾਬ ਆ ਚੁੱਕਾ ਹੈ ਜਿਵੇਂ ਸੀਬੀਐਸਸੀ ਕਰਦਾ ਹੈ ਮੋਸਟਲੀ ਉਸੇ ਤਰ੍ਹਾਂ ਪੀਐਸਸੀਬੀ ਵੀ ਕਰਦਾ ਹੈ ਸੋ ਸੀਬੀਐਸਸੀ ਦਾ ਜਵਾਬ ਆ ਚੁੱਕਾ ਹੈ ਪ੍ਰੀਖਿਆਵਾਂ ਲੈ ਕੇ ਕਿ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕੀਤੀਆਂ ਜਾਣਗੀਆਂ ਜਾਂ ਫਿਰ ਨਹੀਂ ਜਾਂ ਫਿਰ ਆਨਲਾਈਨ ਲਈਆਂ ਜਾਣਗੀਆਂ ਕਰੋਨਾ ਦੀ ਲਗਦੇ ਵੱਡੇ ਮਾਮਲਿਆਂ ਦੌਰਾਨ 10ਵੀਂ ਤੇ 12ਵੀਂ ਜਮਾਤ ਦੇ 1 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਮਈ ਮਹੀਨੇ ਹੋਣ ਵਾਲੀਆਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰ ਦੇਣ ਜਾਂ ਉਹਨਾਂ ਨੂੰ ਆਨਲਾਈਨ ਮੋਡ ਵਿੱਚ ਲੈਣ ਦੱਸ ਜਾਈਏ ਕਿ ਪਿਛਲੇ 2 ਦਿਨਾਂ ਤੋਂ ਟਵਿੱਟਰ ਉੱਤੇ #CancelBoardExams2021 트ੈਂਡ ਕਰ ਰਿਹਾ ਹੈ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਅਤੇ ਭਾਰਤੀ ਸਕੂਲ ਸਰਟੀਫਿਕੇਸ਼ਨ ਪ੍ਰੀਖਿਆ ਪਰਿਸ਼ਦ CISCE ਦੋਵਾਂ ਨੇ ਕਿਹਾ ਹੈ ਕਿ ਵਿਦਿਆਰਥੀਆਂ ਦੀ ਸੁਰੱਖਿਆ ਦੇ ਵਾਜਬ ਇੰਤਜ਼ਾਮ ਕੀਤੇ ਜਾ ਰਹੇ ਹਨ ਪ੍ਰੀਖਿਆਵਾਂ ਦੌਰਾਨ ਕੋਵਿਡ-19 ਦੇ ਸਾਰੇ ਦਿਸ਼ਾ ਨਿਰਦੇਸ਼ ਦੀ ਪਾਲਣਾ ਕੀਤੀ ਜਾਵੇਗੀ ਸੀਬੀਸੀਸੀ ਤੇ ਇੱਕ ਸੀਨੀਅਰ ਅਧਿਕਾਰੀ ਨੇ ਖਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਵਿਦਿਆਰਥੀਆਂ ਨੂੰ ਸੁਰੱਖਿਅਤ ਰੱਖਣ ਲਈ ਵਾਜਬ ਇੰਤਜ਼ਾਮ ਕੀਤੇ ਜਾ ਰਹੇ ਹਨ ਤੇ ਕੋਵਿਡ ਦੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਵੇਗੀ ਸੋ ਜੀਹਾਂ ਦੋਸਤੋ ਤੁਹਾਡੀਆਂ ਪ੍ਰੀਖਿਆਵਾਂ ਜੋ ਹਨ ਉਹ ਲਈਆਂ ਜਾਣਗੀਆਂ ਆਫਲਾਈਨ ਪ੍ਰੀਖਿਆਵਾਂ ਤੁਹਾਡੀਆਂ ਲਈਆਂ ਜਾਣਗੀਆਂ ਤੁਸੀਂ ਨਾਲ-ਨਾਲ ਦੇਖ ਵੀ ਸਕਦੇ ਹੋ ਸਮਾਜਿਕ ਦੂਰੀ ਯਕੀਨੀ ਬਣਾਉਣ ਲਈ ਪ੍ਰੀਖਿਆ ਕੇਂਦਰ ਦੀ ਗਿਣਤੀ ਵਿੱਚ 40 ਤੋਂ 50 ਫੀਸਦੀ ਵਾਧਾ ਕੀਤਾ ਗਿਆ ਹੈ ਪ੍ਰੀਖਿਆ ਕੇਂਦਰਾਂ ਦੇ ਕਰਮਚਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਸੰਵੇਦਨਸ਼ੀਲ ਬਣਾਇਆ ਜਾ ਰਿਹਾ ਹੈ ਕਿ ਸਾਰੀਆਂ ਹਦਾਇਤਾਂ ਦੀ ਪਾਲਣ ਕੀਤੀ ਜਾਵੇ ਦੱਸ ਦਈਏ ਕਿ change.org ਉੱਤੇ ਇੱਕ ਪਟੀਸ਼ਨ ਚ ਕਿਹਾ ਗਿਆ ਹੈ ਕਿ ਹੈਲੋ ਬੱਚੋ ਪੜ੍ਹਾਈ ਮੇ ਡਾਊਟਸ ਆਤੇ ਹੈ ਘਬਰਾਈਏ ਮਤ ਸਭ ਦਾ ਸੋਲੂਸ਼ਨ ਹੈ ਡਾਊਨਲੋਡ ਬੱਚੋ ਆਪ ਕਿਸੇ ਵੀ ਸਵਾਲ ਮੇ اٹਕ ਗਏ ਹੋ ਜਾਂ ਆਪਸੇ ਉਹ ਕੁਐਸਚਨ ਸੋਲ ਨਹੀਂ ਹੋ ਪਾ ਰਹਾ ਹੈ ਤਾਂ ਬਸ ਆਪਕੋ ਉਸ ਕੁਐਸਚਨ ਦਾ ਫੋਟੋ ਲੈਣਾ ਹੈ ਕੁਐਸਚਨ ਕੋ ਕ੍ਰੋਪ ਕਰਨਾ ਹੈ और पांच सेकंड के अंदर अंदर आपको उस क्वेश्चन का वीडियो सोलूशन मिल जाएगा फिर चाहे आपका क्वेश्चन होमवर्क का हो सीबीएसई का हो यूपी बिहार महाराष्ट्र राजस्थान एमपी या किसी भी स्टेट बोर्ड का हो चाहे आईआईटी, आई जेई नीट या क्लास छर्टी से लेकर बारहवीं तक का कोई भी सवाल हो इन सब का जवाब मिलेगा आपको डाउनलोड टाइप आप पर या फिर कोई भी सब्जेक्ट हो फिजिक्स केमिस्ट्री मैथ्स बायोलॉजी आपके सभी सवालों के जवाब मिलेंगे डाउनलोड पर साथ ही आप डाउनलोड पर पढ़ाई कीजिए कोटा की बेस्ट फैकल्टी जैसे जीबी सर एनजे सर आकांक्षा मैम प्रिंस सर ਜਿਵੇਂ ਟੌਪ ਟੀਚਰਸ ਹੈ ਯਾਨੀ ਆਪ ਪੂਰੀ ਪੜਾਈ ਹੋਗੀ ਡਾਊਨਲੋਡ ਐਪ ਪਰ 3 ਕਰੋੜ ਤੋਂ ਜ਼ਿਆਦਾ ਬੱਚੇ ਆਪ ਡਾਊਨਲੋਡ ਐਪ ਪਰ ਪੜਾਈ ਕਰ ਰਹੇ ਹਨ ਤਾਂ ਆਪ ਵੀ ਜਲਦੀ ਇੰਸਟਾਲ ਕੀਜੀਏ ਡਾਊਨਲੋਡ ਐਪ ਭਾਰਤ ਚ ਹਾਲਾਤ ਦਿਨ ਬਦ ਦਿਨ ਖਰਾਬ ਹੁੰਦੇ ਜਾ ਰਹੇ ਹਨ ਜਦੋਂ ਦੇਸ਼ ਵਿੱਚ ਕੁਝ ਹੀ ਮਾਮਲੇ ਸਨ ਤਾਂ ਉਹਨਾਂ ਨੇ ਬੋਰਡ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਸੀ ਤੇ ਹੁਣ ਜਦੋਂ ਮਾਮਲੇ ਸਿਖਰ ਉੱਤੇ ਹਨ ਤਾਂ ਉਹ ਸਕੂਲ ਖੋਲਣ ਦੀ ਯੋਜਨਾ ਉਲੀਕ ਰਹੇ ਹਨ ਅਸੀਂ ਸਿੱਖਿਆ ਮੰਤਰੀ ਨੂੰ ਇਸ ਮਾਮਲੇ ਤੇ ਵੇਖਣ ਤੇ ਇਸ ਸਾਲ ਹੌਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਦਾ ਰੱਦ ਕਰਨ ਦੀ ਬੇਨਤੀ ਕਰਦੇ ਹਾਂ ਕਿਉਂਕਿ ਵਿਦਿਆਰਥੀ ਪਹਿਲਾਂ ਹੀ ਬਹੁਤ ਤਣਾਅ ਚ ਹਨ ਦੱਸਈਏ ਕਿ ਵਿਦਿਆਰਥੀ ਨੇ ਲਿਖਿਆ ਹੈ ਕਿ ਸਰਕਾਰ ਘਟੋ-ਘਟ ਇੱਕ ਮਹੀਨੇ ਲਈ ਪ੍ਰੀਖਿਆਵਾਂ ਮੁਲਤਵੀ ਕਰਦੇਵੇ ਤੇ ਫਿਰ ਮਾਮਲਿਆਂ ਦੀ ਗਿਣਤੀ ਦੇ ਆਧਾਰ ਉੱਤੇ ਅਗਲੇਰੀ ਸਮੀਖਿਆ ਕਰੇ ਇੱਕ ਹੋਰ ਯੂਜ਼ਰ ਨੇ ਟਵੀਟ ਕੀਤਾ ਕਿ ਇਸ ਮਹਾਮਾਰੀ ਕਾਰਨ ਵਿਦਿਆਰਥੀਆਂ ਨੂੰ ਪਹਿਲਾਂ ਹੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ਜਮਾਤਾਂ ਔਨਲਾਈਨ ਆਯੋਜਿਤ ਕੀਤੀਆਂ ਗਈਆਂ ਸਨ ਇਸ ਲਈ ਪ੍ਰੀਖਿਆਵਾਂ ਵੀ ਆਨਲਾਈਨ ਹੋਣੀਆਂ ਚਾਹੀਦੀਆਂ ਹਨ ਜਬ ਵਿਦਿਆਰਥੀ ਦੇ ਅਨੁਨੰਦੀ ਮੁਲਾਂਕਣ ਦੇ ਅੰਕਾਂ ਰਾਹੀਂ ਪ੍ਰਮੋਟ ਕੀਤਾ ਜਾਣਾ ਚਾਹੀਦਾ ਹੈ ਸੋ ਜਿਵੇਂ ਤੁਸੀਂ ਪੜ੍ਹ ਲਿਆ ਹੈ ਕਿ ਸਰਕਾਰ ਨੇ ਕਿਹਾ ਹੈ ਕਿ ਪ੍ਰੀਖਿਆਵਾਂ ਹੋਣਗੀਆਂ ਸਾਰੇ ਪੱਕੇ ਜੋ ਨਿਯਮ ਹਨ ਉਹ ਅਪਣਾਏ ਜਾ ਰਹੇ ਹਨ ਜਿਸ ਨਾਲ ਕੋਵਿਡ ਦਾ ਖਤਰਾ ਘਟ ਜਾਵੇ ਵਿਦਿਆਰਥੀਆਂ ਨੂੰ ਦੂਰ ਦੂਰ ਠਾਇਆ ਜਾਵੇਗਾ ਮਾਸਕ ਤੇ ਸੈਨੀਟਾਈਜੇਸ਼ਨ ਦਾ ਪ੍ਰਬੰਧ ਕੀਤਾ ਜਾਵੇਗਾ ਸਰਕਾਰ ਤਾਂ ਕਹਿਣਾ ਹੈ ਕਿ ਪ੍ਰੀਖਿਆਵਾਂ ਲਈਆਂ ਜਾਣਗੀਆਂ ਤੇ ਆਫਲਾਈਨ ਪ੍ਰੀਖਿਆਵਾਂ ਲਈਆਂ ਜਾਣਗੀਆਂ ਇਸ ਦੇ ਲਈ ਸਾਰੇ ਪਰਬੰਧ ਹੋਣ ਉਹ ਕਿਤੇ ਜਾ ਰਹੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਕੋਈ ਔਖ ਨਾ ਹੋਵੇ ਅਤੇ ਕੋਵਿਡ ਦਾ ਖਤਰਾ ਵੀ ਨਾ ਹੋਵੇ ਸੋ ਸਰਕਾਰ ਤਾਂ ਕਹਿ ਰਹੀ ਹੈ ਕਿ ਪ੍ਰੀਖਿਆਵਾਂ ਹੋਣਗੀਆਂ ਲੇਕਿਨ ਵਿਦਿਆਰਥੀ ਲਗਾਤਾਰ ਇਹੀ ਕਹਿ ਰਹੇ ਹਨ ਕਿ ਜਾਂ ਤਾਂ ਪ੍ਰੀਖਿਆਵਾਂ ਰੱਦ ਕਰ ਦਿੱਤਾ ਜਾਵੇ ਜਾਂ ਫਿਰ 1 ਮਹੀਨਾ ਪ੍ਰੀਖਿਆਵਾਂ ਲੇਟ ਕਰ ਦਿੱਤਾ ਜਾਵੇ ਜਦੋਂ 1 ਮਹੀਨਾ ਹੋ ਜਾਵੇਗਾ ਤੇ ਉਦੋਂ ਕੇਸਾਂ ਦੀ ਸਥਿਤੀ ਨੂੰ ਦੇਖਦੇ ਹੋਏ ਪ੍ਰੀਖਿਆਵਾਂ ਲੀਆਂ ਜਾਣ ਤੇ ਅੱਦੇ ਵਿਦਿਆਰਥੀ ਕਹਿ ਰਹੇ ਹਨ ਕਿ ਪ੍ਰੀਖਿਆਵਾਂ ਆਨਲਾਈਨ ਲਈਆਂ ਜਾਣ ਕਿਉਂਕਿ ਕਲਾਸਾਂ ਉਨਾਂ ਨੂੰ ਲੱਗਿਆ ਹੁੰਦਾ ਪ੍ਰੀਖਿਆਵਾਂ ਆਫਲਾਈਨ ਕਿਉਂ ਪ੍ਰੀਖਿਆਵਾਂ ਵੀ ਆਨਲਾਈਨ ਹੀ ਹੋਣੀਆਂ ਚਾਹੀਦੀਆਂ ਹਨ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਸੋ ਐਸੀ ਟਰੂ ਲੀਕ ਬਹੁਤ ਹੀ ਵੱਡੀ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਸਾਡੇ ਚੈਨਲ ਜੀ ਐਸ ਅਪਡੇਟਸ ਦੇਖਣ ਨੂੰ ਮਿਲ ਰਹੀ ਹੈ ਸੋ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਜ਼ਰੂਰ ਕਰ ਲਓ ਇਸ ਤਰ੍ਹਾਂ ਹੋਰ ਐਜੂਕੇਸ਼ਨੇਟਿਡ ਵੀਡੀਓ ਸਭ ਤੋਂ ਪਹਿਲਾਂ ਦੇਖਣ ਦੇ ਲਈ ਉਮੀਦ ਕਰਦਾ ਹਾਂ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਚੁੱਕੀ ਹੋਵੇਗੀ ਜੇਕਰ ਤੁਹਾਡੇ ਮਨ ਵਿੱਚ ਕੋਈ ਡਾਊਟ ਹੋਵੇ ਕਮੈਂਟ ਕਰਕੇ ਦੱਸ ਸਕਦੇ ਹੋ ਮਿਲਦੇ ਹਾਂ ਨੈਕਸਟ ਵੀਡੀਓ ਤੋ ਤੱਕ ਲਈ ਬਾਏ ਬਾਏ ਟਾਟਾ